मुस्लिम धर्म की आस्था का प्रतीक पवित्र कुराने पाक के बारे इतराजयोग शब्दावली की वरतों करके मुस्लिम भाईचारे धार्मिक भावनावां ठेस पहुँचाने वाले यूपी के व्यक्ति जो सबका चेयरमैन शिया वक्फ बोर्ड भी है उस खिलाफ़ बनती कार्रवाई करवाने लई अज मुस्लिम फैडरेशन ऑफ पंजाब अते मुस्लिम सिख फ्रंट ऑफ पंजाब ने एक अर्जी इत्थे मलेरकोटला दे थाना सिटी एक विच दित्ती। देखो अज जिहड़े हैगे ने समूह मुस्लिम फैडरेशन ऑफ पंजाब अते समूह मुस्लिम सिख फ्रंट दे पंजाब वालों दे मैंबर ने एक अनुरोध दित्ता गा जिथे कि एक वसीम रिजवी सबका चेयरमैन ने जिहड़े शिया वक्फ बोर्ड उत्तर प्रदेश वालों एक टीवी चैनल उत्ते एक मुस्लिम धर्म की आस्था का प्रतीक पवित्र कुराने पाक बारे कुछ गलत इतराजयोग शब्दावली की वरतों की गई है तो जिसके कि इन्होंने कहने मुताबिक काफ़ी वीडियोज़ वायरल हुई ने एक साइबर साइबर सैल का एक मसला है तो ये वीडियो ने गियाँ ये बचे जाएगियाँ तो जे इन्हों के खिलाफ जो भी बनती कार्रवाई की जाए। बाकी सर जो की मतलब स्टैप होंगे थोड़े आम तुम देखते हो प्रीवियसली अगर कि धार्मिक ग्रंथ से या कि मतलब धार्मिक मुद्दा उठे है तो किस किस्म की कार्रवाई करती है पुलिस? देखो जदों भी कोई धार्मिक भावनावान का जो कोई इदा का मसला सामने आता है तो सीनियर अफसर ध्यान च लिया के जो भी योग धारावान ने जिदा 295 ए वगैरह संबंधित धारावान प्रचलित किया जाता है। हुण इह देखण योग वाली यही गल है मसला यूपी के वीडियो वायरल हुई है ये देखा जाऊगा कि यूपी के कितने भी कोई एफ आई आर दर्ज हुई रजिस्टर हुई है जे ये कि कोई एफ आई आर वगैरह दर्ज रजिस्टर हुई है तो उस उन्होंने हालातों को देखते हुए अगर बनती कार्रवाई की। थैंक यू ठीक थैंक यू थैंक यू। हाँ जी की नाम है जी? एडवोकेट मुबीन साहब। तुम अज इतने थाने आए हो कि कारण की रहे? कारण जो एक शिया सेंट्रल वक्फ बोर्ड का जो एक्स चेयरमैन से लखनऊ तो ਉਹਦੇ ਵੱਲੋਂ ਲਗਾਤਾਰ ਜੋ ਮੁਸਲਿਮ ਦੀਆਂ ਧਾਰਮਿਕ ਭਾਵਨਾਵਾਂ ਆਹਤ ਕੀਤੀਆਂ ਜਾ ਰਹੀਆਂ ਨੇ ਕਿਸੇ ਨਾ ਕਿਸੇ ਬਹਾਨੇ। ਪਹਿਲਾਂ ਉਸ ਵੱਲੋਂ ਇੱਕ ਮੂਵੀ ਵੀ ਮਾਂ ਆਇਸ਼ਾ ਰਜ਼ੀ ਅੱਲਾਹ ਤਾਲਾ ਨੂੰ ਉਹਦੇ ਬਾਰੇ ਇੱਕ ਮੂਵੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀਗੀ ਜਿਹਦੇ ਉੱਪਰ ਜਦੋਂ ਮੁਸਲਿਮ ਸਮੁਦਾਇ ਦੇ ਵਿੱਚ ਉਹਦਾ ਰਿਐਕਸ਼ਨ ਆਇਆ ਉਹਦੇ 'ਤੇ ਲੋਕਾਂ ਨੇ ਓਬਜੈਕਟ ਕੀਤਾ ਔਰ ਪ੍ਰੋਟੈਸਟ ਕੀਤੇ ਤਾਂ ਉਹਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਫਿਰ ਇਸ ਵੱਲੋਂ ਮਦਰਸਿਆਂ ਦੇ ਬਾਬਤ ਗਲਤ ਬਿਆਨੀ ਕੀਤੀ ਗਈ ਕਿ ਉੱਥੇ ਆਤੰਕਵਾਦੀ ਨਿਕਲਦੇ ਨੇ ਔਰ ਉਸ ਤੋਂ ਬਾਅਦ ਉਹਨੇ ਤਬਲੀਗੀ ਜਮਾਤ ਦੇ ਉੱਪਰ ਕੋਈ ਐਸਾ ਮੁੱਦਾ ਨਹੀਂ ਹੈਗਾ ਮੁਸਲਿਮ ਦੇ ਨਾਲ ਜੁੜਿਆ ਹੋਇਆ ਜਿਹਦੇ ਉੱਪਰ ਉਹਨੇ ਜਾਣ ਬੁੱਝ ਕੇ ਮੁਸਲਿਮ ਦੀਆਂ ਧਾਰਮਿਕ ਭਾਵਨਾਵਾਂ ਹਰਟ ਨਾ ਕੀਤੀਆਂ ਹੋਣ ਔਰ ਪਿੱਛੇ ਜੇ ਹੁਣ ਜਿਹੜਾ ਮੈਂ ਉਹਦੇ ਬਾਰੇ ਪਤਾ ਕੀਤਾ ਤਾਂ ਜਿਹੜੀ ਵਕਫ ਬੋਰਡ ਦੀ ਜ਼ਮੀਨ ਸੀਗੀ ਉੱਤਰ ਪ੍ਰਦੇਸ਼ ਦੇ ਵਿੱਚ ਉਹਨੂੰ ਉਹਦੀ ਗਲਤ ਤਰੀਕੇ ਦੇ ਨਾਲ ਵੇਚਣ ਦੇ ਲਈ ਉਹਦੇ ਖਿਲਾਫ CBI ਵੱਲੋਂ ਵੀ ਪਰਚਾ ਦਰਜ ਕੀਤਾ ਗਿਆ 3 ਮਹੀਨੇ ਪਹਿਲਾਂ। ਤਾਂ ਮੇਰੇ ਖਿਆਲ ਨਾਲ ਉਸੇ ਚੀਜ਼ ਤੋਂ ਬਚਣ ਦੇ ਲਈ ਔਰ ਆਪਣੀ ਜਿਹੜੀ ਸਿਆਸੀ ਇੱਕ ਪਾਰਟੀ ਆ ਉਹਨੂੰ ਖੁਸ਼ ਕਰਨ ਦੇ ਲਈ ਉਹਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹਦੇ ਵੱਲੋਂ ਇੱਕ ਬਹੁਤ ਹੀ ਜ਼ਿਆਦਾ ਘਟੀਆ ਹਰਕਤ ਕੀਤੀ ਗਈ ਹੈ ਜੋ ਕੁਰਾਨ ਮਜੀਦ ਜੋ ਕਿ ਇਸਲਾਮ ਦਾ ਧੁਰ ਹੈ ਜਿਹਦੇ 'ਤੇ ਹਰ ਇੱਕ ਮੁਸਲਮਾਨ ਦਾ ਈਮਾਨ ਹੈ ਇੱਕ ਇੱਕ ਨੁਕਤੇ ਦੇ ਉੱਪਰ ਇੱਕ ਇੱਕ ਹਰਫ ਦੇ ਉੱਪਰ ਔਰ ਰਹਿੰਦੀ ਦੁਨੀਆ ਤੱਕ ਜਿਹਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਅੱਲਾਹ ਪਾਕ ਨੇ ਖੁਦ ਲਈ ਹੋਈ ਹੈ ਤਾਂ ਉਸ ਕੁਰਾਨ ਦੇ ਬਾਰੇ ਇਸ ਬੰਦੇ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇੱਕ ਬੇਬੁਨਿਆਦ ਇੱਕ ਪਟੀਸ਼ਨ ਦਾਇਰ ਕਰਕੇ ਉਹਦੀ ਆੜ ਦੇ ਵਿੱਚ ਨਿਊਜ਼ ਚੈਨਲਸ ਦੇ ਉੱਪਰ ਬਿਆਨ ਦਿੱਤੇ ਨੇ ਕਿ ਨਾਊਜ਼ ਬਿੱਲਾ ਕਿ ਕੁਰਾਨ ਦੀਆਂ ਜਿਹੜੀਆਂ ਕੁਛ ਆਇਤਾਂ ਨੇ ਵੀ ਉਹ ਜਿਹੜੀ ਉਹਦੀ ਵਰਡਿੰਗ ਸੀਗੀ ਉਹਦੇ ਮੁਤਾਬਕ ਉਹ ਕਹਿ ਰਿਹਾ ਕਿ ਉਹਦੇ ਹਿੰਸਾ ਨੂੰ ਬੜਾਵਾ ਦਿੰਦੀਆਂ ਉਹਦੇ ਬਾਰੇ ਜਿਹੜੀ ਉਹਨੇ ਇਹ ਬਕਵਾਸ ਕੀਤੀ ਹੈ ਵਸੀਮ ਰਿਜ਼ਵੀ ਨੇ ਉਹਦੇ ਖਿਲਾਫ਼ ਅਸੀਂ ਅੱਜ ਇੱਥੇ ਇਕੱਠੇ ਹੋਏ ਸੀਗੇ ਤਾਂ ਸਿਟੀ ਜਿਹੜੇ ਵਨ ਦੇ ਵਿੱਚ ਇੱਥੇ ਆਏ ਸੀਗੇ ਔਰ ਇਹਨਾਂ ਨੂੰ SHO ਸਾਹਿਬ ਨੂੰ ਅਸੀਂ ਇੱਕ ਕੰਪਲੇਂਟ ਦਿੱਤੀ ਹੈ ਤਾਂ ਕਿ ਇਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਅੱਗੇ ਨੂੰ ਕੋਈ ਐਸੇ ਬੰਦੇ ਆਪਣੇ ਸਵਾਰਥ ਲਈ ਆਪਣੇ ਪੋਲੀਟੀਕਲ ਮੋਟਿਵ ਹੱਲ ਕਰਨ ਲਈ ਕਿਸੇ ਰਿਲੀਜੀਅਸ ਨੂੰ ਜਿਹਦੇ ਦੇਖੋ ਕਰੋੜਾਂ ਫੋਲੋਅਰਸ ਨੇ ਇਸਲਾਮ ਦੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਔਰ ਉਹਨਾਂ ਸਾਰਿਆਂ ਦੇ ਜਿਹੜੇ ਸੈਂਟੀਮੈਂਟਸ ਨੇ ਉਹਨੇ ਹਰਟ ਕੀਤੇ। ਅਸੀਂ ਇਹੀ ਗੱਲ ਇੱਥੇ ਆ ਕੇ ਅੱਜ ਇਹਨਾਂ ਨੂੰ ਬੇਨਤੀ ਕੀਤੀ SHO ਸਾਹਿਬ ਨੂੰ ਕਿ ਜਿਹੜੇ ਲੋਕ ਆਪਣੇ ਮੁਫਾਦ ਵਾਸਤੇ ਇਸਲਾਮ ਦੇ ਉੱਪਰ ਹਮਲੇ ਕਰ ਰਹੇ ਨੇ ਆਪਣੇ ਬੈਨੀਫਿਟ ਲੈਣ ਲਈ ਇਸਲਾਮ ਦੇ ਉੱਪਰ ਹਮਲੇ ਕਰ ਰਹੇ ਨੇ ਮੁਸਲਿਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ ਉਹਨਾਂ ਦੇ ਉੱਪਰ ਨਕੇਲ ਕਸੀ ਜਾਵੇ। ਅਗਰ ਵਸੀਮ ਰਿਜ਼ਵੀ ਦੇ ਉੱਪਰ ਇਹ ਪਰਚਾ ਦਰਜ ਕਰਦੇ ਨੇ ਉਹਨੂੰ ਉਹਦੇ ਖਿਲਾਫ਼ ਪਰਚਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਸੁੱਟਦੇ ਨੇ ਇਹਦੇ ਨਾਲ 10 ਹੋਰ ਜਿਹੜੇ ਐਸੇ ਬੰਦੇ ਜਿਹੜੇ ਇਸਲਾਮ ਦੇ ਖਿਲਾਫ਼ ਜ਼ਹਿਰ ਉਗਲਦੇ ਨੇ ਡੇਲੀ ਔਰ ਇਸ ਮੁਲਕ ਦਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਸਭ ਦੇ ਉੱਪਰ ਨਕੇਲ ਲੱਗ ਜੂਗੀ। ਅਸੀਂ ਇਹ ਵੀ ਗੁਜ਼ਾਰਿਸ਼ ਕੀਤੀ ਹੈ ਕਿ ਅਗਰ ਇਹ ਨਾ ਕੀਤਾ ਗਿਆ ਪਰਚਾ ਦਰਜ ਤਾਂ
ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਤਾਂ ਫਿਰ ਸਾਨੂੰ ਕਾਫੀ ਕਿਉਂਕਿ ਕਰੋਨਾ ਦਾ ਟਾਈਮ ਹੈ ਅੱਜ ਅਸੀਂ ਬਹੁਤ ਘੱਟ ਬੰਦਿਆਂ ਨੂੰ ਸਿਰਫ ਇੱਕ ਕਾਲ ਕੀਤੀ ਸੀਗੀ ਤਾਂ ਕਿ ਆਪਣਾ ਇੱਕ ਸਿਰਫ ਕੰਪਲੇਂਟ ਅਸੀਂ ਦੇਣੀ ਸੀ ਅਗਰ ਸਾਨੂੰ ਕੋਈ ਪ੍ਰੋਟੈਸਟ ਵੀ ਕਰਨਾ ਪਿਆ ਵੱਡਾ ਪ੍ਰੋਟੈਸਟ ਵੀ ਰੁਕਣਾ ਪਿਆ ਤਾਂ ਇਨਸ਼ਾਅੱਲਾ ਅਸੀਂ ਉਹ ਤੋਂ ਵੀ ਪਿੱਛੇ ਨਹੀਂ ਹਟਾਂਗੇ ਇਸ ਲਈ ਜਿੰਨੀ ਜਲਦੀ ਹੋ ਸਕੇ ਤੁਸੀਂ ਇਹਦੇ ਖਿਲਾਫ ਪਰਚਾ ਦਰਜ ਕਰੋ ਔਰ ਇਹਨੂੰ ਸਲਾਹਾਂ ਦੇ ਪਿੱਛੇ ਸੁੱਟੋ ਤਾਂ ਕਿ ਜਿਹੜੇ ਮੁਸਲਿਮ ਭਾਈਚਾਰੇ ਉਹਦੇ ਵਿੱਚ ਜਿਹੜਾ ਰੋਸ਼ ਆ ਉਹਨੂੰ ਘਟਾਇਆ ਜਾ ਸਕੇ ਅਤੇ ਇੱਥੇ ਦੇ ਸਿਆਸੀ ਨੁਮਾਇੰਦੇ ਵੀ ਹੈਗੇ ਨੇ ਧਾਰਮਿਕ ਨੁਮਾਇੰਦੇ ਵੀ ਹੈਗੇ ਨੇ ਅਤੇ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਇੱਥੇ ਹੈਗੇ ਨੇ ਅਤੇ ਹਮੇਸ਼ਾ ਜਿਹੜਾ ਤੁਸੀਂ ਹੀ ਕਿਉਂ ਇੱਥੇ ਆਉਣਾ ਹੁਣ ਜਦੋਂ ਕੋਈ ਹੋਰ ਨਹੀਂ ਸਿਆਸੀ ਜਦੋਂ ਲੋਕ ਜਿਹੜੇ ਬਲਕਿ ਮਜ਼ਹਬ ਦੇ ਨਾਮ 'ਤੇ ਜਾਂ ਧਰਮ ਦੇ ਨਾਮ ਦੇ ਉੱਪਰ ਜਾਂ ਆਪਣੀ ਕੌਮ ਦੇ ਨਾਮ ਦੇ ਉੱਪਰ ਵੋਟਾਂ ਵੀ ਲੈ ਕੇ ਉਹ ਤੋਂ ਬਾਅਦ ਜੇ ਨਹੀਂ ਹੁਣ ਕੌਮ ਦੇ ਹੱਕ ਦੇ ਵਿੱਚ ਹੀ ਨਹੀਂ ਖੜਨਗੇ ਜਿਨ੍ਹਾਂ ਦੇ ਅਸੀਂ ਸਰਕਾਰ ਨੇ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਹੀ ਇਹਦੇ 'ਚ ਐੱਫ ਆਈ ਆਰ ਜ਼ਰੂਰ ਦਰਜ ਕਰਵਾ ਦਿਓ ਅਤੇ ਔਰ ਕੌਮ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿਓ ਔਰ ਜੇ ਹੁਣ ਨਹੀਂ ਉਹ ਕੋਈ ਬੋਲਦਾ ਜਾਂ ਨਹੀਂ ਕੋਈ ਅੱਗੇ ਆਉਂਦਾ ਤਾਂ ਫਿਰ ਹੁਣ ਅਸੀਂ ਦੇਖੋ ਅਸੀਂ ਸੋਚਦੇ ਹਾਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਕੋਈ ਬੰਦਾ ਆਵੇ ਅੱਗੇ ਕਿ ਕੋਈ ਬੰਦਾ ਆ ਕੇ ਅਸੀਂ ਪਿੱਛੇ ਜਾ ਕੇ ਖੜ੍ਹ ਜਾਂਗੇ ਚਲੋ ਮਗਰ ਜਦੋਂ ਹੁਣ ਕੋਈ ਆਉਂਦਾ ਹੀ ਨਹੀਂ ਅੱਗੇ ਜੇ ਕੋਈ ਨਹੀਂ ਬੋਲਦਾ ਤਾਂ ਫਿਰ ਹੁਣ ਇੰਨਾ ਕੁ ਤਾਂ ਹੁਣ ਰੱਬ ਨੇ ਸਾਨੂੰ ਇੰਨੀ ਕੁ ਹਿੰਮਤ ਦਿੱਤੀ ਹੈ ਕਿ ਤੂੰ ਜਾ ਕੇ ਬੋਲ ਸਕਦੇ ਹਾਂ ਤਾਂ ਜਿੰਨੇ ਇੱਥੇ ਬੰਦੇ ਨਾਲ ਸਾਰੇ ਖੜ੍ਹੇ ਨੇ ਅੱਲਾ ਨੇ ਇਹਨਾਂ ਨੂੰ ਸਾਰਿਆਂ ਨੂੰ ਇੰਨੀ ਕੁ ਹਿੰਮਤ ਦਿੱਤੀ ਹੈ ਕਿ ਅਸੀਂ ਆ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਵਾ ਸਕਦੇ ਹਾਂ ਠੀਕ ਹੈ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਸੀਮ ਸ਼ੇਖ ਹੈ ਵਸੀਮ ਸਾਹਿਬ ਕਿਸ ਮਾਮਲੇ 'ਚ ਆਏ ਸੀ ਅੱਜ ਥਾਣੇ 'ਚ ਅੱਜ ਅਸੀਂ ਸਮੂਹ ਮੁਸਲਿਮ ਭਾਈਚਾਰੇ ਦੀ ਤਰਫ ਤੋਂ ਅੱਜ ਇੱਕ ਕੰਪਲੇਂਟ ਦਿੱਤੀ ਹੈ ਥਾਣਾ ਸਿਟੀ ਵਨ ਮਲੇਕੁਲ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਵਸੀਮ ਰਿਜ਼ਵੀ ਨਾਮ ਦਾ ਜਿਹੜਾ ਸ਼ਖਸ ਹੈ ਉਹਨੇ ਇੱਕ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਹੈ ਜਿਹਦੇ ਵਿੱਚ ਉਹਨੇ ਡਿਮਾਂਡ ਕੀਤੀ ਹੈ ਕਿ ਪੁਰਾਣੇ ਪਾਕ ਦੇ 26 ਆਇਤਾਂ ਨੂੰ ਰਿਮੂਵ ਕੀਤਾ ਜਾਵੇ ਤਾਂ ਮੈਂ ਥੋੜ੍ਹੇ ਪਿੱਛੇ ਜਾਣਾ ਚਾਹੂੰਗਾ ਕਿ ਅੱਲਾ ਦੇ ਨਬੀ ਦੇ ਟਾਈਮ ਤੋਂ ਅੱਲਾ ਨਬੀ ਕਰੀਮ ਸੱਲਾ ਉਲੇ ਵਸਲਮ ਦੇ ਟਾਈਮ ਤੋਂ ਹੀ ਪੁਰਾਣੇ ਪਾਕ ਦੇ ਅਟੈਕ ਹੁੰਦੇ ਆ ਚਿਹਰੇ ਬਦਲੇ ਨੇ ਸਰਕਾਰਾਂ ਬਦਲੀਆਂ ਨੇ ਕੰਡੀਸ਼ਨ ਸੇਮ ਹੀ ਹੈ ਤਾਂ ਅੱਜ ਤੱਕ ਇਹ ਨਹੀਂ ਹੋ ਸਕਿਆ ਕਿ ਰੱਤੀ ਭਰ ਵੀ ਪੁਰਾਣੇ ਪਾਕ ਦੇ ਵਿੱਚ ਬਦਲਾਅ ਆਇਆ ਹੋਵੇ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਪੁਰਾਣੇ ਪਾਕ ਹੈ ਔਰ ਸੇਮ ਹੈ ਪੁਰਾਣੇ ਪਾਕ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਵਸੀਮ ਰਿਜ਼ਵੀ ਜਿਹੜਾ ਨਾਮ ਦਾ ਸ਼ਖਸ ਹੈ ਲਗਾਤਾਰ ਇਸਲਾਮ ਨੂੰ ਟਾਰਗੇਟ ਕਰਦਾ ਆ ਰਿਹਾ ਜਿਹੜੀਆਂ ਆਇਤਾਂ ਨੇ ਪੁਰਾਣੇ ਪਾਕ ਦੀਆਂ ਗਲਤ ਕੋਟ ਕਰ ਰਿਹਾ ਕਿ ਇਸਲਾਮ ਜਿਹੜਾ ਹੈਗਾ ਆਤੰਕਵਾਦ ਨਾਲ ਜੁੜਿਆ ਹੋਇਆ ਹੈ ਇੱਦਾਂ ਦੀ ਉਹ ਅਫਵਾਹਾਂ ਫੈਲਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਜਾਣਦੇ ਹੋ ਕਿ ਹਜ਼ਾਰਾਂ ਪਟੀਸ਼ਨਾਂ ਫਾਈਲ ਹੁੰਦੀਆਂ ਨੇ ਇਸ ਪਟੀਸ਼ਨ ਨੂੰ ਇਸ ਕਰਕੇ ਹਾਈਲਾਈਟ ਕੀਤਾ ਜਾ ਰਿਹਾ ਕਿਉਂਕਿ ਇਸਲਾਮ ਨਾਲ ਤਾਲੁਕ ਆ ਇਸ ਚੀਜ਼ ਦਾ ਮੀਡੀਆ ਜਿਹੜੀ ਗੋਦੀ ਮੀਡੀਆ ਹੈਗੀ ਹੈ ਟੀ ਆਰ ਪੀ ਲਈ ਇਹਨੂੰ ਉਛਾਲ ਰਹੀ ਹੈ ਮੁਸਲਮਾਨਾਂ ਨੂੰ ਬਦਨਾਮ ਕਰ ਰਹੀ ਹੈ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਮਾਣਯੋਗ ਹਾਈਕੋਰਟ ਕਲਕੱਤੇ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਪੁਰਾਣੇ ਪਾਕ ਦੀ ਇਹ 26 ਆਇਤਾਂ ਨੂੰ ਲੈ ਕੇ ਤਾਂ ਉਹ ਡਿਸਮਿਸ ਕਰ ਦਿੱਤੀ ਗਈ ਸੀ ਤਾਂ ਇੱਕ ਖਾਸ ਜਮਾਤ ਨੇ ਵਸੀਮ ਰਿਜ਼ਵੀ ਨੂੰ ਚੱਕ ਕੇ ਅੱਗੇ ਕਰ ਦਿੱਤਾ ਉਹ ਸਿਰਫ ਇੱਕ ਪਿਆਦਾ ਸਿਰਫ ਇੱਕ ਮੁਸਲਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਇਸ ਤੋਂ ਇਲਾਵਾ ਕੁਛ ਨਹੀਂ ਹੈਗਾ ਤਾਂ ਅੱਜ ਅਸੀਂ ਉਹੀ ਡਿਮਾਂਡ ਲੈ ਕੇ ਆਏ ਹਾਂ ਮਲੇਰਕੋਟਲਾ ਸ਼ਹਿਰ ਦੇ ਲੋਕ ਕਿ ਵਸੀਮ ਰਿਜ਼ਵੀ ਨੂੰ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਅਤੇ ਪਰਚਾ ਦਰਜ ਕਰਨ ਤੋਂ ਬਾਅਦ ਉਹਦੀ ਫੌਰਨ ਤੌਰ 'ਤੇ ਗ੍ਰਿਫਤਾਰੀ ਕੀਤੀ ਜਾਵੇ ਤਾਂ ਸਾਨੂੰ ਐਸ ਐੱਚ ਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਉਹ ਵੈਰੀਫਾਈ ਕਰਨ ਤੋਂ ਬਾਅਦ ਪਰਚਾ ਦਰਜ ਕਰਨਗੇ ਉਹ ਜੋ ਬੰਦਾ ਇਨਸਾਫ਼ ਉਹ ਮੁਸਲਮਾਨ ਨੂੰ ਦੇਣਗੇ